ਆ ਦੋਸਤੋ, ਇੱਕ ਹੋਰ ਜਗ੍ਹਾ 'ਤੇ ਆਏ ਹਾਂ ਅਤੇ ਇਹਨਾਂ ਨਾਲ ਗੱਲਬਾਤ ਵੀ ਕਰਾਉਂਦੇ। ਮਾਸ਼ਾਅੱਲਾ ਬੜਾ ਖੂਬਸੂਰਤ, ਬੜੀਆਂ ਪਿਆਰੀਆਂ ਬੱਕਰੀਆਂ ਇਹਨਾਂ ਕੋਲ। ਮਾਸ਼ਾਅੱਲਾ ਲੇਵੇ ਹੀ ਬੜੇ ਤਗੜੇ ਤਗੜੇ ਆ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਬੋਸ ਜੀ, ਕਿੰਨੇ ਜਾਨਵਰ ਲੈ ਕੇ ਆਏ? ਲਏ ਆ ਜੀ, ਇੱਥੋਂ ਲਏ ਆ ਜੀ। ਕਿੰਨੇ ਲਏ ਆ? 8 ਲਏ। ਬੱਕਰੀਆਂ ਹੀ ਆ ਸਾਰੀਆਂ? ਹਾਂਜੀ, ਬੱਕਰੀਆਂ। ਅਤੇ ਹੁਣ ਵੇਚਣੇ ਆ ਜਾਂ ਲੈ ਕੇ ਜਾਣੇ? ਨਹੀਂ, ਵੇਚਾਂਗੇ ਮਦਰੱਸੇ। ਇੱਥੇ ਨਹੀਂ ਵੇਚਣੇ? ਨਹੀਂ। ਅੱਛਾ, ਇਹ ਦੱਸ ਸਕਦੇ ਆ ਕਿ ਕਿੰਨੇ ਕਿੰਨੇ ਦੀ ਲਈ ਆ? ਬੱਕਰੀਆਂ ਹੀ ਆ ਸਾਰੀਆਂ? ਮਾਸ਼ਾਅੱਲਾ, ਬੱਕਰੀਆਂ ਸਾਰੀਆਂ। ਕਿੰਨੇ ਕਿੰਨੇ ਦੀਆਂ ਲਈਆਂ? ਇਹ ਲਈਆਂ 50,000 ਨੂੰ, 6 ਬੱਕਰੀਆਂ। 50,000 ਰੁਪਏ ਦੀਆਂ 6 ਬੱਕਰੀਆਂ? ਨਹੀਂ ਨਹੀਂ, ਫੀ ਨਗ 6,000 ਨੂੰ। ਅੱਛਾ ਅੱਛਾ, 50,000 ਨੂੰ ਫੀ ਨਗ, 6 ਨਗ ਲਿਆ ਜੀ। ਅਤੇ ਮਗਰ ਲੇਲੇ ਵੀ ਆ ਜਾਂ ਸਿਰਫ ਬੱਕਰੀਆਂ? ਸੂਣ ਵਾਲੀਆਂ ਬੱਕਰੀਆਂ। ਸੂਣ ਵਾਲੀਆਂ ਜੀ, ਲੇਲੇ ਵੀ ਹੈ। ਅੱਛਾ ਯਾਰ, ਕਿੱਦਾਂ ਪਤਾ ਲੱਗਦਾ ਕਿ ਸੂਣ ਵਾਲੀ ਹੈ? ਇੰਨੀ ਤਸੱਲੀ ਨਾਲ ਜੋ ਤੂੰ ਲੈ ਲਿਆ ਮਾਲ ਇੱਥੋਂ, ਅੱਗੇ ਵੇਚਣ ਲੱਗਿਆ ਵੀ ਤੂੰ ਕਹੇਗਾ ਕਿ ਹੋਈਆਂ ਨਵੀਆਂ ਹੋਈਆਂ, ਕੀ ਨਿਸ਼ਾਨੀ, ਕਿੱਦਾਂ ਪਤਾ ਲੱਗਦਾ? ਇਹ ਸੂਣ ਵਾਲੀਆਂ ਨਿਸ਼ਾਨੀ ਪਤਾ ਲੱਗ ਜਾਂਦਾ, ਥਣਾਂ 'ਚੋਂ ਨਾਰਾ ਜਿਹਾ ਨਿਕਲਦਾ ਨਾ, ਉਹਦੀ ਵਜ੍ਹਾ ਤੋਂ ਪਤਾ ਲੱਗ ਜਾਂਦਾ। ਵੈਸੇ ਬੱਚੇ ਪੇਟ 'ਚ ਤਿਆਰ ਹੁੰਦੇ, ਹੱਥ ਮਾਰ ਕੇ ਪਤਾ ਲੱਗ ਜਾਂਦਾ। ਕਿੰਨੀ ਦੇਰ ਤੋਂ ਕੰਮ ਕਰ ਰਹੇ? ਕੰਮ ਤਾਂ ਸਾਡਾ ਜੱਦੀ ਪੁਸ਼ਤੀ ਹੈ। ਅੱਛਾ, ਮੈਂ ਕੋਈ 5 ਸਾਲ ਹੋ ਗਿਆ। 5 ਸਾਲ ਹੋ ਗਏ ਆ ਇਹ ਸਾਰੇ, ਯਾਨੀ ਕਿ ਜਿਹੜੇ 6 ਜਾਨਵਰ ਆ, ਫੀ ਬੱਕਰੀ 50,000 ਦੀ ਲਈ ਹੈ ਜੀ। ਵਿੱਚ ਆ ਤਾਂ ਛੋਟੀ ਆ, ਹੁਣ ਕੋਈ ਗੱਲ ਨਹੀਂ, ਵੱਡੀਆਂ ਵੀ ਖੜੀਆਂ ਨਾ। ਵੱਡੀਆਂ ਤੂੰ ਚੰਗੀ ਆ, ਉਹ 70,000 ਵਾਲੀ ਖੜੀ ਆ ਨਾ। ਅੱਛਾ, ਆਹ ਜਿਹੜੀ 70,000 ਵਾਲੀ ਜੀ, ਇਹ ਪੱਠ ਦਾ 20,000 ਦੇ ਰਹੇ ਛੋਟੀ ਦਾ। ਇਹ ਬੀਤਲ ਆ ਨਾ, ਬੀਤਲ ਨਸਲ ਦੀ ਜੀ, ਬੀਤਲ ਨਸਲ। ਆਹ ਦੋਸਤੋ, ਤੁਸੀਂ ਦੇਖ ਸਕਦੇ ਹੋ, ਬੀਤਲ ਨਸਲ ਆ ਪਿਓਰ, ਅਤੇ ਇਹਦਾ 20,000 ਰੁਪਇਆ। 20,000 ਰੁਪਇਆ ਦੇ ਰਹੇ ਆ ਮੈਨੂੰ। ਅਤੇ ਤੁਸੀਂ ਕਿੰਨੇ ਮੰਗਦੇ? ਮੈਂ 25,000 ਰੁਪਏ। 25,000 ਬੱਕਰੀਆਂ ਸਾਰੀਆਂ ਜਿਹੜੀਆਂ ਬਾਕੀ ਹੈ, ਕਿਹੜੀ ਨਸਲ? ਬੀਤਲ ਨਸਲ। ਸਾਰੀ ਬੀਤਲ ਜੀ, ਬੀਤਲ ਨਸਲ। ਬੱਕਰੀਆਂ ਵਿੱਚ ਸਭ ਤੋਂ ਟਾਪ ਕਲਾਸ ਨਸਲ ਕਿਹੜੀ ਹੈ? ਬੀਤਲ। ਬੀਤਲ ਜੀ, ਜਿਹੜੀ ਉਹ ਬਰਬਰੀ ਨਸਲ ਹੈਗੀ ਹੈ? ਉਹ ਨਹੀਂ ਹੈ ਇੱਧਰ, ਉਹ ਇੱਧਰ ਨਹੀਂ, ਉਹ ਸਾਹੀਵਾਲ ਮਿਲੇਗੀ ਜਾਂ ਪਿੱਛੇ ਪਿੱਛੇ ਬਾਬਲ ਨਗਰ ਤੋਂ ਕੁਛ ਮਿਲੇ। ਅੱਛਾ, ਇੱਧਰਲੇ ਇਲਾਕੇ 'ਚ ਨਹੀਂ ਪਾਈ? ਨਹੀਂ, ਇੱਧਰ ਨਹੀਂ। ਸਹੀ ਹੋ ਗਿਆ। ਤੁਸੀਂ ਹੁਣ ਮਦਰੱਸੇ ਮੰਡੀ ਲੈ ਕੇ ਜਾਓਗੇ, ਇੱਥੋਂ ਖਰੀਦ ਕੇ ਹੈਗੇ ਕਿਹੜੀ ਜਗ੍ਹਾ 'ਤੇ ਰਹਿਣ ਵਾਲੇ? ਚਿਸ਼ਤੀਆਂ। ਨੰਬਰ ਦਿਓਗੇ ਆਪਣਾ, ਜੇ ਕਿਸੇ ਦੋਸਤ ਨੂੰ ਇਹਨਾਂ 'ਚੋਂ ਪਸੰਦ ਆ ਜਾਵੇ ਤਾਂ ਬੋਲ ਦਿਓ ਨੰਬਰ। 0304-8586-9665। ਨਾਮ ਕੀ ਆਪਣਾ? ਸਦਾਕਤ ਅਲੀ। ਸਦਾਕਤ ਜੀ, ਸਦਾਕਤ ਅਲੀ ਸਰ, ਚਿਸ਼ਤੀਆਂ ਤੋਂ। ਇਹ ਤੁਸੀਂ ਨੰਬਰ ਵੀ ਇਹਨਾਂ ਦਾ ਦੇਖ ਲਿਆ, ਅਗਰ ਕੈਮਰਾਮੈਨ ਇਹਨਾਂ ਦੇ ਲੇਵੇ ਦਿਖਾਵੇ ਨਾ, ਆਹ ਜ਼ਰਾ ਦਿਖਾਓ ਲੇਵੇ। ਸਾਰੀਆਂ ਬੱਕਰੀਆਂ ਦੇ ਮਾਸ਼ਾਅੱਲਾ ਬੜੇ ਲੇਵੇ ਤਗੜੇ। ਅੱਛਾ ਯਾਰ, ਇਹ ਦੁੱਧ ਇਹਨਾਂ ਦਾ ਰੋਕਿਆ ਹੁੰਦਾ ਜਾਂ ਕੀ ਵਜ੍ਹਾ? ਇੰਨੇ ਆਕੜੇ ਆ ਥਾਂ? ਨਹੀਂ, ਆਕੜੇ ਨਹੀਂ, ਵੈਸੇ ਹੀ ਹੈ। ਦੁੱਧ ਵੀ ਹੈ, ਦੁੱਧ ਬਹੁਤ ਹੁੰਦਾ ਇਹਨਾਂ ਦਾ। ਇਹਦੇ ਥੱਲੇ ਕਿੰਨਾ ਦੁੱਧ ਹੋ ਜਾਂਦਾ ਇਸ ਬੱਕਰੀ ਥੱਲੇ? ਇਹਦੇ ਥੱਲੇ 1 ਕਿਲੋ ਦੁੱਧ ਹੈ ਇੱਕ ਟਾਈਮ ਦਾ। ਫਲਾਂ ਨੂੰ ਪਿਲਾ ਕੇ ਜਾਂ? ਹਾਂ, ਫਲਾਂ ਨੂੰ ਪਿਲਾ ਕੇ। ਅਤੇ ਲੇਲੇ ਕਿੰਨੇ ਕਿੰਨੇ ਦਿੰਦੀਆਂ? ਲੇਲੇ ਦੋ ਦੋ ਦੇ ਦਿੰਦੀਆਂ, ਤਿੰਨ ਤਿੰਨ ਵੀ ਦੇ ਦਿੰਦੇ ਆ। ਜਿਹੜਾ ਦੋ ਤਿੰਨ ਹਫ਼ਤੇ ਦਾ ਜਾਂ ਮਹੀਨੇ ਦਾ ਡੇਢ ਦਾ ਲੇਲਾ ਹੁੰਦਾ, ਕਿੰਨੇ ਦਾ ਵਿਕ ਜਾਂਦਾ ਇਹਨਾਂ ਦਾ? 50,000 ਦਾ ਹੀ ਵਿਕ ਜਾਂਦਾ, 20,000 ਦਾ ਹੀ ਮਿਲ ਜਾਂਦਾ। ਇਹ ਕੀ ਵਜ੍ਹਾ? ਮੁਖਤਲਿਫ ਰੇਟ ਆ ਨਾ, ਮੁਖਤਲਿਫ ਰੇਟ, ਖੂਬਸੂਰਤੀ ਦੀ ਵਜ੍ਹਾ ਤੋਂ। ਯਾਨੀ ਕਿ ਜਿੱਦਾਂ ਦੀ ਖੂਬਸੂਰਤੀ? ਇਸ ਤਰ੍ਹਾਂ ਖੂਬਸੂਰਤੀ ਨਾਲ ਵੇਖਦਾ। ਠੀਕ ਆ ਦੋਸਤੋ, ਤੁਸੀਂ ਗੱਲਬਾਤ ਸੁਣ ਰਹੇ ਹੋ, ਪ੍ਰੋਫੈਸ਼ਨਲ ਵਪਾਰੀ ਨੇ। ਮਾਸ਼ਾਅੱਲਾ, ਜਿੰਨੇ ਬੱਕਰੀਆਂ ਇਹਨਾਂ ਕੋਲ ਹੈ ਨਾ, ਸਾਰੀਆਂ ਦੇ ਲੇਵੇ ਬੜੇ ਪਿਆਰੇ ਆ, ਵੱਡੇ ਵੱਡੇ ਲੇਵੇ ਆ। ਬੀਤਲ ਨਸਲ ਸਾਰੀ ਬੱਕਰੀ ਆ ਇਹ, ਔਰ ਇੱਥੋਂ ਖਰੀਦ ਕੇ ਹਾਸਲਪੁਰੋਂ ਤੇ ਜਾ ਰਹੇ ਆ ਮਦਰੱਸੇ ਮੰਡੀ। ਮਦਰੱਸੇ ਮੰਡੀ ਦੀ ਵਜ੍ਹਾ ਇਹ ਆ ਕਿ ਮਹਿੰਗੀ ਮੰਡੀ ਆ, ਬੱਕਰੀਆਂ ਦੇ ਮਾਮਲੇ ਦੇ ਵਿੱਚ ਕਾਫੀ ਮਸ਼ਹੂਰ ਵੀ ਹੈ, ਪੂਰਾ ਪੰਜਾਬ ਉਸ ਮੰਡੀ ਨੂੰ ਪੈਂਦਾ ਬੱਕਰੀਆਂ ਖਰੀਦਣ ਵਾਸਤੇ। ਠੀਕ ਆ ਦੋਸਤੋ, ਅੱਗੇ ਚੱਲਦੇ ਹਾਂ ਅਤੇ ਤੁਹਾਨੂੰ ਰੇਟ ਸ਼ੇਅਰ ਦਿਖਾਉਂਦੇ ਹਾਂ ਹੋਰ। ਆ ਦੋਸਤੋ, ਇੱਕ ਹੋਰ ਜਗ੍ਹਾ 'ਤੇ ਆਏ ਹਾਂ ਅਤੇ ਭਾਈ ਹੁਣਾਂ ਨਾਲ ਗੱਲਬਾਤ ਵੀ ਕਰਦੇ ਹਾਂ ਕਿ ਕਿੰਨੇ ਨਾਗ ਕਿੱਥੋਂ ਲੈ ਕੇ ਆਇਆ ਅਤੇ ਕੀ ਰੇਟ ਸ਼ੇਅਰ ਹੈ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਸਰ ਜੀ, ਕਿੰਨੇ ਜਾਨਵਰ ਆ ਆਪਣੇ ਕੋਲ? ਜਾਨਵਰ ਹੈਗੇ ਆ 7।
ਸੱਤ ਜਾਨਵਰਾਂ ਕਿਹੜੀ ਜਗ੍ਹਾ ਤੋਂ ਲੈ ਕੇ ਆਏ? 151 ਬਰਾਤ। ਕਿੰਨੇ ਕਿਲੋਮੀਟਰ ਹੈ ਇੱਥੋਂ? ਇੱਥੋਂ 18 ਕਿਲੋਮੀਟਰ। 18 ਕਿਲੋਮੀਟਰ। ਅਤੇ ਵੇਚੇ ਕਿੰਨੇ ਆ ਵਿੱਚੋਂ? ਵਿੱਚ 2, 4, 5, 6 ਵੇਚੇ। ਹੁਣ ਆ ਜਿਹੜੇ ਖੜ੍ਹੇ ਆ, ਇਹਨਾਂ ਦਾ ਕੀ ਰਮਾਣ ਸ਼ਮਾਣ ਹੈ? ਆਹ ਜੋੜੀ 51 ਦੀ ਹੈ। ਆ ਦੋਨੇ ਯਾਨੀ ਕਿ 25,000 ਰੁਪਏ? 25,000। ਬੱਕਰਾ ਬੱਕਰੀਆਂ? ਬੱਕਰੇ, ਦੋਨੇ ਬੱਕਰੇ ਆ। ਕਿਹੜੀ ਨਸਲ ਹੈ ਇਹ? ਦੇਸੀ ਹੈ। ਪਿਓਰ ਦੇਸੀ? ਪਿਓਰ ਦੇਸੀ। ਲਿੱਸੇ ਆ ਥੋੜ੍ਹੇ ਜਿਹੇ? ਹਾਂ ਲਿੱਸੇ, ਸਰਦੀ ਆ ਨਾ ਅਤੇ ਪੱਠੇ ਪੁੱਠੇ ਲੱਭਦੇ ਨਹੀਂ ਗੇ। ਅਤੇ ਕੀ ਵਜ਼ਨ ਕਿੰਨਾ ਕੁ ਇਹਨਾਂ ਦਾ? ਵਜ਼ਨ ਤਕਰੀਬਨ ਹੋਊਗਾ 14-14 ਕਿਲੋ। 14-14 ਕਿਲੋ ਹੈ ਅਤੇ 25,000 ਡਿਮਾਂਡ ਆ। ਅਤੇ ਲੱਗਦੇ ਕਿੰਨੇ ਪਏ? ਇਹਨਾਂ ਦਾ 22-23 ਲੱਗਣ ਡਿਆ। 22-23,000 ਤਾਂ ਕਿੱਥੋਂ ਤੱਕ ਦਿਓਗੇ? 24 ਤਾਂ ਚੱਲਦੇ ਚਲੇ ਗਿਆ, ਦੇ ਦਿਆਂਗੇ। ਆਪਦੇ ਪਾਲੇ ਕਰਦੇ ਜਾਂ ਮੁੱਲ ਹੈ? ਨਹੀਂ ਮੁੱਲ ਹੈ। ਮੁੱਲ ਹੈ? ਕਿਹੜੀ ਜਗ੍ਹਾ ਤੋਂ ਲੈਂਦੇ ਹੋ? ਇੱਥੋਂ ਚੱਕਾਂ 'ਚੋਂ ਫਿਰ ਕੇ। ਚੱਕਾਂ 'ਚੋਂ? ਅਤੇ ਜੇ ਮੰਡੀ 'ਚੋਂ ਲਓ ਤਾਂ ਫਿਰ ਨਹੀਂ ਮਾਰੇ 'ਚ? ਨਹੀਂ ਮੰਡੀ ਸਾਡੇ ਬਾਰੇ 'ਚ ਨਹੀਂ, ਮੰਡੀ 'ਚੋਂ ਲੈ ਕੇ ਜਾਂਦੇ ਜਿਹੜੇ ਅੱਗੇ ਜਾਂਦੇ ਆ, ਅਸੀਂ ਤਾਂ ਚੱਕਾਂ 'ਚ ਲੈ ਕੇ ਇੱਥੇ ਆ ਜਾਂਦੇ। ਸਹੀ ਹੋ ਗਿਆ। ਆਹ ਜਿਹੜੇ 3 ਅੰਗ ਇੱਧਰ ਖੜੇ ਵੀ ਆਪਣੇ? ਆਪਣੇ ਆਪਣੇ। ਇਹਨਾਂ ਦੀ ਕੀ ਰਮਾਣ ਸ਼ਮਾਣ ਹੈ? ਉਹ 11-11 ਹਜ਼ਾਰ ਦੇ। 11-11 ਹਜ਼ਾਰ ਦੇ? ਅਤੇ ਇਹਨਾਂ ਦਾ ਵਜ਼ਨ ਕਿੰਨਾ ਕੁ? ਇਹਨਾਂ ਦਾ 14-14 ਕਿਲੋ। 14 ਕਿਲੋ ਤਾਂ ਨਹੀਂ ਹੈਗਾ, 11-11 ਕਿਲੋ ਕਹਿ ਰਹੇ ਹੋ ਭਾਈ? ਉਰੇ ਆਈ ਯਾਰ, ਸਹੀ ਦੱਸ ਮਤਲਬ ਕਿ 11-11 ਕਿਲੋ ਭਾਈ? 11-11 ਕਿਲੋ। 11-11 ਕਿਲੋ? 11-11 ਹਜ਼ਾਰ ਮੰਗੀ ਜਾਂਦਾ। 1,000 ਰੁਪਇਆ ਕਿਲੋ? 1,000 ਰੁਪਇਆ ਕਿਲੋ। ਹਾਂਜੀ। ਫਿਰ ਇਹ ਤੁਸੀਂ ਇਹਨਾਂ ਕਿੰਨੇ ਲਾਉਂਦੇ ਹੋ? ਅਸੀਂ ਲਾਵਾਂਗੇ 8,500। ਅਤੇ ਮੰਗਦੇ ਕਿੰਨੇ ਆ? 11-11 ਹਜ਼ਾਰ। ਅੱਛਾ, ਇਧਰਲੇ ਇਧਰਲੇ ਪਾਸੇ ਮੂੰਹ ਇਹਨੂੰ ਕਰ ਲਓ। ਅੱਛਾ ਜਲਦੀ ਆ, ਸਹੀ ਹੋ ਗਿਆ। ਅਤੇ ਆਹ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਮਾਸ਼ਾਅੱਲਾ ਨਾ ਰੰਗ ਰੰਗ ਦਾ ਮਾਲ ਆ। ਜਿਹੜੇ ਵਪਾਰੀ ਆ ਉਹਨਾਂ ਦਾ ਤਾਂ ਬੜਾ ਤਜਰਬਾ, ਉਹ ਤਾਂ ਜਾਨਵਰ 'ਤੇ ਹੱਥ ਰੱਖਦੇ ਆ, ਬੋਟੀਆਂ ਦੱਸ ਦਿੰਦੇ ਕਿੰਨੀਆਂ। ਅਤੇ ਆਹ ਦੂਸਰੀ ਜਗ੍ਹਾ 'ਤੇ ਚੱਲਦੇ ਹਾਂ ਭਾਈ, ਹੁਣ ਨਾਲ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵੱਡਿਓ ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕਿੰਨੇ ਨਾਗ ਆਪਣੇ ਕੋਲ? 2 ਨਾਗ ਜੀ। ਇੱਕ ਆ ਅਤੇ ਇੱਕ ਆ? ਕੀ ਡਿਮਾਂਡ ਆ? 35 ਮਾਂਦੇ ਜੋੜੇ। 35,000? ਕਿਹੜੇ ਆ ਨਸਲ? ਆਹ ਤਾਂ ਮੈਨੂੰ ਦੜਾ ਕੇ ਦੇਸੀ। ਕੰਨ ਬੜੇ ਛੋਟੇ, ਵੱਡੇ ਨਹੀਂ ਗੇ, ਦੇਸੀ ਵਾਲੇ। ਸਹੀ ਹੋ ਗਿਆ। ਅਤੇ 35,000 ਚੋਂ ਲੱਗਦੇ ਕਿੰਨੇ ਪਏ ਤੁਹਾਨੂੰ? 26-27 ਲੱਗ ਰਿਹਾ। 26-27 ਹਜ਼ਾਰ। ਵਜ਼ਨ ਕਿੰਨਾ ਕਿੰਨਾ? ਇਹਦਾ ਕਿੰਨਾ? ਇਹਦਾ ਕਿੰਨਾ? ਇਹਦਾ ਹੈ 22 ਕਿਲੋ, ਉਹਦਾ ਹੈ 15-16 ਕਿਲੋ। 22 ਕਿਲੋ ਫੰਡਾ ਰਾ? ਬਿਲਕੁਲ ਨਹੀਂ ਨਹੀਂ ਇਹ ਗੱਬਣ ਹੈ। ਗੱਬਣ? ਹਾਂਜੀ। ਕਿੰਨੇ ਮਹੀਨਿਆਂ ਦੀ? ਇਹ ਹੈ 1.5 ਮਹੀਨੇ ਲੱਗੇ। 2 ਮਹੀਨੇ ਦੀ ਦੇਸੀ ਹੈ, ਦੂਸਰਾ 1.5-2 ਮਹੀਨਿਆਂ ਦੀ। ਅਤੇ ਇਕੱਲੀ ਦੀ ਕੀ ਡਿਮਾਂਡ ਹੈ ਜੀ? ਇਕੱਲੀ ਦਾ ਮੰਗਦਾ 18,000 ਰੁਪਏ। 18,000? ਹਾਂਜੀ। ਦੋਂਦੀ ਹੈ? ਚੌਗੀ? ਚੌਗੀ ਚੌਗੀ ਮਗਰ ਕੁਛ ਹੈ ਨਹੀਂ? ਨਹੀਂ ਨਹੀਂ ਮਗਰ ਕੁਛ ਹੈ। ਕਿਹੜੀ ਜਗ੍ਹਾ ਤੋਂ ਲੈ ਕੇ ਆਏ? ਇੱਕ ਮਿੰਟ ਯਾਰ, ਸੌਦਾ ਦੇ। ਸੌਦਾ ਜਿੱਦਾਂ ਮਰਜ਼ੀ ਕਰੋ ਸਰ, ਸੌਦਿਆਂ ਵਾਸਤੇ ਤਾਂ ਆਪਾਂ ਵੀ ਇਸੇ ਕੰਮ ਲਈ ਆਏ ਹਾਂ। ਓਹੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਮਾਸ਼ਾਅੱਲਾ ਮੁਖਤਲਿਫ ਰੇਟ ਆ ਮੰਡੀਆਂ ਦੇ, ਜੋ ਮੰਗਦੇ ਆ ਮਿਲਦਾ ਨਹੀਂ ਗਾ, ਹੁੰਦੀ ਵਿੱਚ ਗੁੰਜਾਇਸ਼ ਹੁੰਦੀ ਥੋੜ੍ਹੀ ਬਹੁਤੀ। ਅਤੇ ਇਨਸ਼ਾਅੱਲਾ ਅੱਗੇ ਚੱਲਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਰੇਟ ਸ਼ੇਟ, ਹੋਰ ਮਾਰਕੀਟ ਦੇ ਬੰਦਿਆਂ ਨਾਲ ਗੱਲਬਾਤ ਵੀ ਕਰਵਾਉਂਦੇ ਹਾਂ। ਹਾਸਲਪੁਰ ਮੰਡੀ ਹੈ ਇਹ, ਮੰਗਲ ਵਾਲੇ ਦਿਨ ਲੱਗਦੀ ਆ, ਅਤੇ ਕਾਫੀ ਤਾਦਾਦ ਵਿੱਚ ਇੱਥੇ ਬੱਕਰੀਆਂ ਅਤੇ ਬੱਕਰੇ ਹੈਗੇ ਆ। ਅਤੇ ਗੱਲਬਾਤ ਭਾਈ ਹੁਣਾਂ ਨਾਲ ਕਰਦੇ ਹਾਂ। ਅਸਲਾਮ ਅਲੈਕੁਮ। ਪਰ ਰੇਟ ਹੀ ਪੁੱਛਣਾ ਮੈਂ। ਰੇਟ ਪੁੱਛਣਾ ਹੈ। ਨਾਂ ਕੀ ਆਪਣਾ? ਅਤਾ ਅਮਦ। ਕਿੰਨੇ ਨਾਗ ਆ? ਛੇ ਨਾਗਦ। ਕੀ ਮੰਗਦੇ? ਰੇਟ 23,000।
ਨਸਲ ਕਿਹੜੀ ਆ? ਨਸਲ ਆ ਬੜੀ ਪਰਵਾਨੇ ਨਸਲ 23,000 ਰੁਪਿਆ ਡਿਮਾਂਡ ਆ ਜੀ। ਮਾਸ਼ਾਅੱਲਾ ਜਾਨਵਰ ਵੀ ਸੋਹਣੇ ਆ, ਬੜੇ ਖੂਬਸੂਰਤ ਜਾਨਵਰ ਆ। ਅੱਛਾ ਜਿਹੜੇ ਆ ਸਾਰਿਆਂ ਦਾ 23-23 ਆ? 23-23 ਹਜ਼ਾਰ ਵਿੱਚ ਛੋਟੇ ਵੀ ਆ, ਛੋਟਾ ਆ ਜਿਹੜਾ ਪੁੱਠਾ ਹੈ ਪੁੱਠਾ 18,000 ਇਹ 18,000 ਦਾ ਇਹ 18,000 ਦਾ ਤੁਹਾਡਾ ਇਹ ਰਲੇ ਜਾਂਦਾ ਇਕੱਠੇ ਕੋ ਵੱਖਰੇ। ਸਹੀ ਹੋ ਗਿਆ ਦੋਸਤੋ, ਆ ਤੁਸੀਂ ਦੇਖ ਸਕਦੇ ਹੋ 23,000 ਰੁਪਿਆ ਡਿਮਾਂਡ ਆ ਜੀ, ਅਤੇ ਇਹ ਵਿੱਚ 18,000 ਦਾ ਵਿੱਚ ਵੱਡੇ ਜਿਹੜੇ ਆ ਉਹ ਥੋੜ੍ਹੇ ਮਹਿੰਗੇ ਹੈਗੇ ਆ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਜੀ। ਕਿੰਨੇ ਦੀ ਆ ਜੀ? ਇਹ 18,000 ਦੀ ਜੀ। ਕਿੰਨੇ ਲੱਗਦੇ? 13 ਲੱਗਦਾ ਪਿਆ ਜੀ। ਗੱਬਣ ਆ ਕਿ ਫੰਡਰ? ਇਹ ਜੀ ਮਾਲ ਦੀ ਆ, ਕੁਛ ਆਖ ਨਹੀਂ ਸਕਦੇ। ਅੱਛਾ ਮਾਲ 'ਚੋਂ ਲਈ? ਹਾਂਜੀ। ਘਰ ਦੀ ਨਹੀਂ? ਨਹੀਂ ਘਰ ਦੀ ਹੈ, ਮਾਲ 'ਚੋਂ ਲਿਆਂਦੀ ਫੜ ਕੇ। ਇੱਜੜ ਹੈ ਨਾ ਬੱਕਰੀਆਂ ਦਾ। ਅੱਛਾ ਉੱਥੇ ਪਤਾ ਨਹੀਂ ਚੱਲਦਾ? ਉੱਥੇ ਬੱਕਰਾ ਫਿਰਦਾ ਨਾ, ਫਿਰ ਬੱਕਰੀਆਂ ਦੇ ਨਾਲ ਫਲ ਫੁੱਲ ਜਾਂਦੀਆਂ। ਇਹ ਤਾਂ ਬੱਚੇ ਕਿੱਡੇ ਕਿੱਡੇ ਮਗਰ, ਉੱਥੋਂ ਆਈਡੀਆ ਹੋ ਸਕਦਾ ਬੱਚੇ ਕਿੱਡੇ ਕਿੱਡੇ? ਨਹੀਂ ਇਹਦੀ ਨਹੀਂ, ਇਹ ਬੱਚਿਆਂ ਵਾਲੀ ਨਹੀਂ ਗੀ। ਅੱਛਾ ਪਹਿਲਣ ਨਹੀਂ? ਪਹਿਲਣ ਹਾਂਜੀ ਪਾਠਾ। ਅੱਛਾ ਅਤੇ ਹੁਣ ਤੂੰ ਇਹਦੇ ਫਾਈਨਲ ਦੇਣੀ ਕਿੰਨੇ ਦੀ ਹੈ? ਫਾਈਨਲ ਇਹ ਮੈਂ ਦੇਣੀ ਆ 15 ਦੀ ਜਾਂ 16 ਦੀ। ਨਹੀਂ ਯਾਰ। ਕਿਹੜੀ ਜਗ੍ਹਾ ਤੋਂ ਆਏ ਲੈ ਕੇ? 16 ਫੁੱਟ 'ਚੋਂ। 16 ਫੁੱਟ ਤਾਂ ਹਸਲਪੁਰ ਦੇ ਕੋਲ ਹੀ ਲਿਆ? ਹਾਂਜੀ ਹਸਲਪੁਰ। ਕਿੰਨੇ ਜਾਨਵਰ ਲੈ ਕੇ ਆਏ ਸੀ? ਮੈਂ ਇੱਕੋ ਹੀ ਲੈ ਕੇ ਆਇਆ ਜੀ। ਅਤੇ ਹੁਣ ਲੱਗਾ ਕਿੰਨਾ ਤੁਹਾਨੂੰ ਇਹਦਾ ਫਾਈਨਲ? 13 ਦਾ। ਹਾਂਜੀ ਸਹੀ ਆ। ਨੰਬਰ ਦਿਓਗੇ ਆਪਣਾ ਤੁਸੀਂ, ਅਗਰ ਕੋਈ ਮਾਲ ਸ਼ਾਲ ਵੇਚਣਾ ਯਾਨੀ ਕਿ ਹੋਰ ਹੋਵੇ? ਕਈ ਦੋਸਤ ਫੋਨ 'ਤੇ ਰਾਬਤਾ ਕਰ ਲੈਂਦੇ ਆ। ਬੰਦੇ ਕੋਸ਼ਿਸ਼ ਪਤਾ ਕੀ ਹੁੰਦੀ ਆ, ਜਿਹੜੇ ਮਾਲ ਖਰੀਦਦੇ ਨਾ ਔਨਲਾਈਨ ਇੰਟਰਨੈਟ 'ਤੇ, ਉਹ ਬੰਦੇ ਕਹਿੰਦੇ ਆ ਵੀ ਵਾੜਿਆਂ 'ਚੋਂ ਮਾਲ ਲਿਆ ਜਾਵੇ ਤਾਂ ਸਸਤਾ ਪੈਂਦਾ। ਹਾਂਜੀ ਨੰਬਰ ਦੇ ਦਿਓ ਆਪਣਾ, ਤਾਂ ਕਿ ਜਦੋਂ ਕਿਸੇ ਦੋਸਤ ਨੂੰ ਲੋੜ ਹੋਵੇ ਤੁਹਾਡੇ ਨਾਲ ਰਾਬਤਾ ਕਰ ਲਵੇ। ਬੰਦੇ ਪੁੱਛ ਲੈਂਦੇ ਫੋਨ ਕਰਕੇ ਵੀ ਯਾਰ ਬਿਲਕੁਲ ਸਾਡੇ ਕੋਲ ਮਾਲ ਹੈਗਾ। ਹੈ ਕਿੰਨਾ ਕੁ ਮਾਲ? ਮਾਲ ਕਾਫੀ ਆ, ਤਕਰੀਬਨ ਹੈਗਾ 25-30 ਨਗ ਹੈਗੇ ਆ ਬੱਕਰੀ। ਨੰਬਰ ਬੋਲਦੇ ਆਪਣਾ, ਤਾਂ ਕਿ ਜੇ ਕਿਸੇ ਦੋਸਤ ਭਰਾ ਨੇ ਲੈਣਾ ਹੋਵੇ ਤਾਂ ਚਲੋ ਰਾਬਤਾ ਕਰ ਲੈਣਾ। ਠੀਕ ਹੈ ਜੀ। 03-1-31-60-114। ਨਾਮ ਕੀ ਆਪਣਾ? ਆਬਾਦ ਹੁਸੈਨ। ਆਬਾਦ ਹੁਸੈਨ ਹਾਂਜੀ। ਠੀਕ ਹੋ ਗਿਆ ਦੋਸਤੋ, ਤੁਸੀਂ ਗੱਲਬਾਤ ਸੁਣ ਰਹੇ ਹਾਂ, ਅਤੇ ਹੋਰ ਚੱਲਦੇ ਹਾਂ ਇਨਸ਼ਾਅੱਲਾ, ਦਿਖਾਉਂਦੇ ਤੁਹਾਨੂੰ ਰੇਟ ਸ਼ੇਟ।